बिस्मिल्लाहिर्रहमानिर्रहीम। नाजरीन, असी इस वक्त मौजूद हाँ 49 अड्डे के उपर, तो तुहानू सैर करवावांगे 49-12 पिंड की। तो यह तुहानू दसी यह रस्ता जाता वा 49-12 नू, इस तो अगे आ जाता वा 34-12, 33-12, 47-12। यह नाजरीन दपालपुर रोड है, दपालपुर रोड तो पिंड आते हैं 32-12 तो 48-12। तो यह रस्ता जिहड़ा सामने तुसीं देख रहे हो यह जाता 28-12 नू, 27-12 नू। ये 49 अड्डे के उपर काफ़ी माशाल्लाह रौनक है, तो इतने हर किस्म की सहूलत मौजूद है। बिल्कुल ये तिना चार पिंड पिंडा बिल्कुल दरम्यान ये जगह बनती है। तो नाजरीन आओ तुहानू सैर करवाने 49-12 की। पुराना ही पाकिस्तान बनने तो भी पहले होंगे इतने लोग पुराने बसिंदे रहे हैं, तो असी तो फिर उधर ही आए हैं। पाकिस्तान बाद च हिंदुस्तान वालों ही आए वे जिन्हें, तो पुराना ही पिंड है अज तो जदों का पाकिस्तान बनया। तो इतने सुने से खूह हों बहुत पुराना पाकिस्तान बनने तो पहले था। सामने खूह है जी पुराना, जो पाकिस्तान बनने तो पहलों का चल रहा, हूँ बंद हो गया। इतने कोई कहते एक दरिया होंगे दरियाए ब्यास, वह भी बंद हो चुके वो जती सती वाली साइड से, वो बारे जी तुम दसो जरा। वो तो जी साड़ी भी जमन तो पाकिस्तान बनने तो भी पहलों का बंद, वो बाबे जती दे नाल जांदा सी, वो बंद हो गया। नंजा टूवल साडा पिंड है जी, ते पट्टियां दे पिंड ना तो किना जिहड़ा मशहूर है, पट्टी ज़्यादातर बरादरी बैठी हुई है इत्थे। ते उस तो इलावा साडे पिंड की पहचान ज़्यादातर बाबा जती सती शहबाज कलंदर के नाँ तो हैगी, जिहड़ी जिहड़ा साडे बजुर्ग इत्थे हैगे ने उन्हां दा दरबार है। ते बहुत सारी दुनिया उन्हां नूं बाहरों भी मानदी आउंदी है इत्थे। तो पुराना तारीखी पिंड कहना जिहड़ा है ना हिंदुस्तान वेले का पिंड पूरे जी, अड्डे के उत्ते पिंड, सड़क नहीं कोई सहूलत मुजसर नहीं गौरमेंट की है। अस्पताल भी नहीं है, कुछ भी नहीं, हाँ वो भी कौन नहीं, कोई सहूलत नहीं सानू इस पिंड की। जिमें अड्डे के पिंड है साडा दपालपुर रोड से, सानू कोई सहूलत ही नहीं मिलती पी जी। हाँ सड़क हो पिंड का निकास हो पानी का, वह भी कोई नहीं। जी दोस्तों, असी इस वक्त मौजूद हाँ शमशाद जूस पॉइंट, साढ़े एक दोस्त ने करियाने की दुकान बनाई हुई है इन्होंने। ये दुकान 49-12 मेन रोड के उपर मौजूद आ, तो आओ इन्हां नाल असी गलबात करते हैं। अस्सलामु अलैकुम। वालेकुम सलाम।
ਕੀ ਨਾਮ ਜੀ ਤੁਹਾਡਾ? ਸ਼ਮਸ਼ਾਦ ਅਲੀ। ਤੇ ਇਹ ਦੁਕਾਨ ਕਿੰਨੇ ਅਰਸੇ ਤੋਂ ਬਣਾਈ ਹੋਈ ਤੁਸੀਂ? 2-2.5 ਸਾਲ ਹੋ ਗਏ। ਅੱਛਾ, ਇਸ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ? ਡਰਾਈਵਰੀ। ਡਰਾਈਵਰੀ ਕਰਦੇ ਤੁਸੀਂ? ਮੈਨੂੰ ਇਹ ਦੱਸੋ, ਇਸ ਪਿੰਡ ਦੇ ਵਿੱਚ ਕਿੰਨੀਆਂ ਮਸਜਿਦਾਂ ਨੇ? ਕਿਉਂਕਿ ਅਸੀਂ ਜਦੋਂ ਦੀ ਵੀਡੀਓ ਬਣਾ ਰਹੇ ਹਾਂ, ਸਾਰੇ ਪਿੰਡ ਦੇ ਅੰਦਰ ਫਿਰ ਰਹੇ ਹਾਂ, ਤਾਂ ਸਾਨੂੰ ਕਾਫੀ ਸਾਰੀਆਂ ਮਸਜਿਦਾਂ ਨਜ਼ਰ ਆਈਆਂ। ਅਤੇ ਮਸਜਿਦਾਂ ਦੇ ਬਾਰੇ 'ਚ ਜ਼ਰਾ ਮਾਲੂਮਾਤ ਦੱਸੋ, ਇੰਨੀਆਂ ਜ਼ਿਆਦਾ ਮਸਜਿਦਾਂ ਇੱਥੇ ਮੌਜੂਦ ਨੇ? ਇੱਥੇ ਮਸਜਿਦਾਂ ਹੈਗੀਆਂ ਵਾ 3-4-5-6-7-6 ਮਸਜਿਦਾਂ। ਅੱਛਾ, ਹਾਂਜੀ। ਕਿਹੜੀਆਂ ਮਸਜਿਦਾਂ ਜ਼ਿਆਦਾ ਇੱਥੇ? ਇੱਕ ਹੈਗੀ ਆ ਆਪਣਾ ਭਾਬੀਆਂ ਦੀ, ਬਸ, ਬਾਕੀ ਸਾਰੀਆਂ ਸੁਣੀਆਂ ਦੀਆਂ। ਇੱਥੇ ਕਿਹੜੀ ਬਰਾਦਰੀ ਜ਼ਿਆਦਾ ਬੈਠੀ ਹੋਈ ਹੈ? ਭੱਟੀ ਬਰਾਦਰੀ। ਭੱਟੀਆਂ ਦਾ ਪਿੰਡ ਮਸ਼ਹੂਰ ਹੈ? ਭੱਟੀ ਬਰਾਦਰੀ ਜ਼ਿਆਦਾ ਬੈਠੀ ਆ, ਬਾਕੀ ਹਰ ਕੌਮ ਹੀ ਬੈਠੀ ਆ। ਤੁਸੀਂ ਇਸ ਆਪਣੇ ਪਿੰਡ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੋ? ਖੁਸ਼ਹਾਲ ਰਹਿਣਾ ਚਾਹੀਦਾ ਇਨਸਾਨ ਨੂੰ, ਹੋਰ ਕੀ ਕਰਨਾ ਚਾਹੀਦਾ, ਕਾਰੋਬਾਰ ਤਾਂ ਆਪਦੇ ਥਾਂ ਦਾ। ਹਾਂਜੀ। ਅਤੇ ਮੁਲਕੀ ਹਾਲਾਤ ਦੇ ਬਾਰੇ 'ਚ ਕੀ ਸੋਚਦੇ ਹੋ ਤੁਸੀਂ, ਕੀ ਕਹਿੰਦੇ ਹੋ? ਮੁਲਕੀ ਹਾਲਾਤ ਵੀ ਲੋਕਾਂ ਦੇ ਨਾਲ ਹੀ ਮੁਲਕ ਹਾਲਾਤ ਜੇ ਬਣਿਆ ਜੀ, ਕੀ ਸੋਚ ਸਕਦੇ? ਅਤੇ ਜਿਹੜਾ ਕੰਮ ਕਰ ਰਹੇ ਹੋ ਤੁਸੀਂ, ਖੁਸ਼ ਹੋ ਆਪਣੇ ਕੰਮ ਤੋਂ? ਹਾਂ, ਖੁਸ਼ ਹੋ ਜੀ। ਮਾਲਕ ਖੁਸ਼ ਹੀ ਰੱਖੇ ਹਰ ਇਨਸਾਨ ਨੂੰ ਜੀ, ਆਪ ਦੇ ਆਪ ਖੁਸ਼ ਹੈ। ਚਲੋ, ਬੜੀ ਮਿਹਰਬਾਨੀ ਸਰ। ਜੀ ਦੋਸਤੋ, ਹੁਣ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਬਾਬਾ ਚੁੱਪ ਸ਼ਾਹ ਦੇ ਦਰਬਾਰ ਦੇ ਉੱਪਰ, ਜਿਹੜਾ ਕਿ ਜੱਤੀ ਸੱਤੀ ਦਰਬਾਰ ਦੇ ਨਾਮ ਤੋਂ ਮਸ਼ਹੂਰ ਆ। ਅਤੇ ਇਹ ਦਰਿਆਏ ਬਿਆਸ ਦੇ ਬਿਲਕੁਲ ਕਿਨਾਰੇ ਦੇ ਉੱਪਰ ਵਾਕਿਆ। ਕਿਸੇ ਦੌਰ 'ਚ ਇੱਥੋਂ ਦਰਿਆ ਗੁਜ਼ਰਦਾ ਹੁੰਦਾ ਸੀ, ਜਿਹੜਾ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਬੰਦ ਹੋ ਚੁੱਕਿਆ। ਤੁਹਾਨੂੰ ਉਹਦੀ ਵੀ ਸੈਰ ਕਰਵਾਵਾਂਗੇ, ਲੇਕਿਨ ਉਸ ਤੋਂ ਪਹਿਲੇ ਤੁਸੀਂ ਦਰਬਾਰ ਦੇ ਅੰਦਰ ਦੇ ਮਨਾਜ਼ਰ ਦੇਖੋ। ਜੀ ਨਾਜ਼ਰੀਨ, ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਹੁਣ ਉਹ ਦਰਿਆ ਵਾਲੀ ਜਗ੍ਹਾ ਦੇ ਉੱਪਰ। ਤੁਹਾਨੂੰ ਦਿਖਾਵਾਂਗੇ ਕਿ ਇਸ ਜਗ੍ਹਾ ਤੋਂ ਦਰਿਆ ਗੁਜ਼ਰਦਾ ਹੁੰਦਾ ਸੀ, ਅਤੇ ਉਸ ਵਕਤ ਇਹ ਦਰਿਆ ਆਪਣੇ ਪੂਰੇ ਜ਼ੋਰੋ ਸ਼ੋਰ ਨਾਲ ਗੁਜ਼ਰਦਾ ਹੁੰਦਾ ਸੀ, ਜਿਹੜਾ ਕਿ ਹੁਣ ਬੰਦ ਹੋ ਚੁੱਕਿਆ ਅਤੇ ਇੰਡੀਆ ਦੇ ਵਿੱਚ ਮੌਜੂਦ ਆ। ਇਹਦੀ ਲੰਬਾਈ ਇਸ ਵਕਤ 470 ਕਿਲੋਮੀਟਰ ਆ, ਅਤੇ ਇਸ ਖਿੱਤੇ ਨੂੰ ਵੀ ਪੰਜਾਬ ਇਸੇ ਵਾਸਤੇ ਕਿਹਾ ਜਾਂਦਾ ਵਾ ਕਿ ਇਹਦੇ ਵਿੱਚ ਪੰਜ ਦਰਿਆ ਗੁਜ਼ਰਦੇ ਸੀ, ਦਰਿਆਏ ਜੇਹਲਮ, ਦਰਿਆਏ ਚਨਾਬ, ਦਰਿਆਏ ਰਾਵੀ, ਦਰਿਆਏ ਸਤਲੁਜ, ਅਤੇ ਪੰਜਵਾਂ ਦਰਿਆ ਇਹ ਦਰਿਆਏ ਬਿਆਸ ਸੀ। ਅਤੇ ਇਸ ਦਰਿਆ ਦੇ ਵਾਕਿਆਤ ਹਾਲੇ ਵੀ ਇਸ ਪਿੰਡ ਦੇ ਵਿੱਚ ਮੌਜੂਦ ਆ। ਬਿਲਕੁਲ 49 ਅੱਡੇ ਤੋਂ 1.5 ਕਿਲੋਮੀਟਰ ਦੇ ਫਾਸਲੇ 'ਤੇ ਤੁਸੀਂ ਲਾਜ਼ਮੀ ਵਿਜ਼ਿਟ ਕਰਿਆ ਜੀ ਇਸ ਜਗ੍ਹਾ ਨੂੰ, ਬੜੀ ਪਿਆਰੀ ਅਤੇ ਬੜੀ ਖੂਬਸੂਰਤ ਜਗ੍ਹਾ ਹੈ। ਜੀ ਨਾਜ਼ਰੀਨ, ਵੀਡੀਓ ਦੇ ਆਖਰ ਦੇ ਵਿੱਚ ਤੁਹਾਨੂੰ ਇਸ ਪਿੰਡ ਦੀ 49-12 ਦੀ ਖਾਸ ਗੱਲ ਦੱਸਣਾ ਚਾਹੁੰਦੇ ਹਾਂ ਅਸੀਂ। ਉਹ ਖਾਸ ਗੱਲ ਇਹ ਹੈ ਕਿ ਪੂਰੇ ਉਕਾੜੇ ਜ਼ਿਲ੍ਹੇ ਦੇ ਵਿੱਚ ਇਹ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ, ਇਹ ਸਾਰੇ ਤੂੜੀ ਦੇ ਨੇ, ਅਤੇ ਤੂੜੀ ਦੇ ਪ੍ਰੈਸ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ 49 ਅੱਡੇ ਦੇ ਉੱਪਰ ਮੌਜੂਦ ਨੇ, ਅਤੇ ਪੂਰੇ ਸ਼ਹਿਰ 'ਚੋਂ ਤੂੜੀ ਇਕੱਠੀ ਕਰਕੇ ਇੱਥੇ ਪਹੁੰਚਾਈ ਜਾਂਦੀ ਹੈ, ਅਤੇ ਪ੍ਰੈਸਾਂ ਦੇ ਜ਼ਰੀਏ ਇਹਨਾਂ ਦੀਆਂ ਗੱਠਾਂ ਬਣਦੀਆਂ, ਅਤੇ ਉਸ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਇਹ ਤੂੜੀ ਸਪਲਾਈ ਹੁੰਦੀ ਹੈ। ਨਵੇਂ ਪਿੰਡ ਦੀ, ਨਵੇਂ ਇਲਾਕੇ ਦੀ ਵੀਡੀਓ ਦੇਖਣ ਵਾਸਤੇ ਸਾਡਾ ਚੈਨਲ ਦੇਸੀ ਪੰਜਾਬ ਸਬਸਕ੍ਰਾਈਬ ਕਰੋ, ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਇਹਦੇ 'ਤੇ ਕਮੈਂਟਸ ਕਰੋ, ਅਤੇ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।